ਏ ਹਿੰਦੂਆਂ ਸਿੱਖਾਂ ਦਾ ਪਿੰਡ ਏ ਤੇ ਹੁਣ ਤਾਂ ਖਰ ਮੁਸਲਮਾਨਾਂ ਨੂੰ ਹੋ ਗਿਆ ਏ ਇਹ ਮੇਰੀ ਨਾਨੀ ਰਹਿਣੀ ਹੁੰਨੀ ਸੀ ਤੇ ਇਹ ਜਨਾਬ ਉਥੇ ਹੈ ਜਿੱਲੇ ਅਸੀਂ ਗੋਸ਼ਤ ਪਕਾਣੀ ਸੀ ਮੇਰੀ ਨਾਨੀ ਤੋਂ ਹਿੰਦੂ ਆ ਜਾਣਾ ਸੀ ਇਹ ਰੇਸ਼ਮਾ ਤੂੰ ਮਾਸ ਪਕਾਇਆ ਨਹੀਂ ਭਾਈ ਇਹਦੇ ਵਿੱਚ ਸਟੂਪਾ ਬਣਿਆ ਠੀਕ ਹੈ ਨਾ ਐਸਾ ਦਰਵਾਜ਼ਾ ਵਗੈਰਾ ਕੋਈ ਨਹੀਂ ਲੇਕਿਨ ਮੈਂ ਫੇਰ ਵੀ ਕੋਸ਼ਿਸ਼ ਕਰਨ ਅੰਦਰ ਮੈਨੂੰ ਅਸਲ ਚੰਦਾ ਜਾਣ ਲੱਗਿਆ ਡਰ ਲੱਗਦਾ ਅੰਦਰ ਤਬੂੜੀਆਂ ਵਗੈਰਾ ਦੇ ਬੜੇ ਅੱਜਕੱਲ ਖੱਖਰ ਲੱਗੇ ਹੁੰਦੇ ਨੇ ਤੇ ਮੈਂ ਨਹੀਂ ਚਾਹੁੰਦਾ ਕਿ ਨੱਕਬਾ ਸਜਾ ਲਵਾਂ ਮੈਂ ਬڑا ਦਿਲ ਨੂੰ ਹੁੰਦਾ ਹੈ ਕਿ ਵੇਖੋ ਜੀ ਜਿਦੋਂ ਇਹ ਦੁਕਾਨਾਂ ਖਤਰੀਆਂ ਨੇ ਬਣਾਈਆਂ ਹੋਣਗੀਆਂ ਉਹਨਾਂ ਦਾ ਜ਼ੇਹਨ ਹੋਵੇਗਾ ਕਿ ਇਹਨਾਂ ਕਾਰੋਬਾਰ ਨੂੰ ਵਧਾਵਾਂਗੇ ਇੱਕ ਦੀ ਦੋ ਦੋ ਦੀਆਂ ਚਾਰ ਦੁਕਾਨਾਂ ਲੇਕਿਨ ਜਿੱਥੇ-ਜਿੱਥੇ ਵੀ ਕਿਸੇ ਦਾ ਕਾਰੋਬਾਰ ਆਇਆ ਸੀ ਉੱਥੇ ਹੀ ਠੱਪ ਹੋ ਗਿਆ ਇਹ ਦੇਖੋ ਨਾ ਬਾਜ਼ਾਰ ਬਣਿਆ ਇੱਥੇ ਲੋਕ ਗੁਰਦੁਆਰਾ ਵੀ ਕਹਿੰਦੇ ਨੇ ਧਰਮਸ਼ਾਲਾ ਵੀ ਕਹਿੰਦੇ ਨੇ ਲੇਕਿਨ ਜੋ ਵੀ ਇਹ ਅੰਦਰ ਚੱਲਨੇ ਆ ਔਰ ਦੇਖਣ ਦੀ ਕੋਸ਼ਿਸ਼ ਕਰ ਲਈਏ ਕਿ ਸ਼ਾਇਦ ਇਹਦੇ ਤੇ ਕੁਝ ਲਿਖਿਆ ਹੋਵੇ ਕਿ ਜੀ ਸੇਵਾ ਕਰਾਈ ਚੌਧਰੀ ਦੀਦਾਰ ਸਿੰਘ ਕੋਲੀ ਸਾਗਰ ਇਹ ਗੁਰਮੁਖੀ ਹੈ ਇਹ ਤੁਸੀਂ ਪੜੋ ਕੀ ਲਿਖਿਆ ਸਿਰਫ ਯਾਦਾਂ ਹੀ ਰਹਿ ਗਈਆਂ ਦੋਸਤੋ ਯਾਦਾਂ ਤੇ ਹੁਣ ਚੱਲਨੇ ਸਕੂਲ ਵੱਲ ਅੱਛਾ ਇਹ ਆ ਗਿਆ ਜੀ گورਨਮੈਂਟ ਹਾਇਰ ਸੈਕੰਡਰੀ ਸਕੂਲ ਸਾਗਰੀ ਇਹ ਹੁੰਦਾ ਸੀ ਖਾਲਸਾ ਹਾਈ ਸਕੂਲ ਯਾਨੀ ਕਿ ਪਹਿਲੇ ਜੀ ਪਿਆਰੇ ਦੋਸਤੋ ਕੀ ਹਾਲ ਹੈ ਠੀਕ ਹੋ ਸਾਰੇ ਮੈਂ ਔਰੰਗਜ਼ੇਬ ਵੇਗ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ ਚ ਹਾਜ਼ਰ ਤੇ ਇਹ ਜੀਟੀ ਰੋਡ ਹੈ ਟ੍ਰੈਫਿਕ 라ਵਲਪਿੰਡੀ ਵਾਲੀ ਸਾਈਡ ਤੋਂ ਆ ਰਹੀ ਹੈ ਤੇ ਲਾਹੌਰ ਵਾਲੀ ਸਾਈਡ ਨੂੰ ਜਾ ਰਹੀ ਹੈ ਯਾਨੀ ਕਿ ਗੁਜਰਾਤ ਗੁਜਰਾਵਾਲਾ ਵਾਲੀ ਸਾਈਡ ਨੂੰ ਤੇ ਇਹ ਜਨਾਬ ਇੱਥੋਂ ਇੱਕ ਛੋਟਾ ਜਿਹਾ ਰੋਡ ਟਿਕਲਦਾ ਜਿਹੜਾ ਜਾਏਗਾ ਅੱਗੇ ਪਿੰਡ ਸਾਗਰੀ ਇਹ ਬੜਾ ਵੱਡਾ ਹਿੰਦੂ ਸਿੱਖਾਂ ਦਾ ਪਿੰਡ ਹੁੰਦਾ ਸੀ ਔਰ ਇੱਥੇ ਬਹੁਤ ਜ਼ਿਆਦਾ ਬਾਜ਼ਾਰ ਬਣੇ ਸਨ ਉੱਥੇ ਗੁਰਦੁਆਰਾ ਵੀ ਨੇ ਧਰਮਸਾਲਾ ਖਾਲਸਾ ਸਕੂਲ ਹੈ ਔਰ ਉਥੇ ਹਿੰਦੂ ਟੈਂਪਲ ਨੇ ਦੋ ਤੇ ਜਨਾਬ ਜਾ ਰਹੇ ਆ ਸੀ ਤੁਹਾਨੂੰ ਦਿਖਾ ਲੈਣੇ ਆ ਕਿ ਉਹ ਜਿਹੜਾ ਹੈਗਾ ਇਹ ਸਾਗਰੀ ਪਿੰਡ ਅੱਜ ਕੇ ਹਾਲ ਦੇ ਚ ਲੇਕਿਨ ਰਸਤੇ ਚ ਇੱਕ ਪਿੰਡ ਆ ਰਿਹਾ ਇਹਦੇ ਵਿੱਚ ਹੈ ਸਤੂਪਾ ਬਣਿਆ ਠੀਕ ਹੈ ਨਾ ਇਹ ਮੰਕਿਆਲਾ ਸਤੂਪਾ ਇਹ ਛੋਟਾ ਜਿਹਾ ਪਿੰਡ ਤੇ ਇਹਦੀ ਮੈਂ ਅਲੱਗ ਵੀਡੀਓ ਕਿਸੇ ਦਿਨ ਬਣਾਵਾਂਗਾ ਲੇਕਿਨ ਫਿਲਹਾਲ ਮੈਂ ਗੁਜ਼ਰ ਰਿਹਾ ਤੁਹਾਨੂੰ ਦਿਖਾ ਦਿਆਂ ਇਹ ਜਨਾਬ ਤੁਸੀਂ ਦੇਖੋ ਇਹ ਬੁੱਧਮੱਤ ਦੇ ਜਿਹੜੇ ਲੋਕ ਨੇ ਉਹਨਾਂ ਦੀ ਕੋਈ ਇਬਾਦਤ ਵਾਲੀ ਜਗ੍ਹਾ ਕਿਈ ਜਾ ਸਕਦੀ ਹੈ ਅੱਛਾ ਇਹ ਜਨਾਬ ਆ ਗਿਆ ਪਿੰਡ ਸਾਗਰੀ ਠੀਕ ਹੈ ਨਾ ਤੇ ਮੈਂ ਗੱਡੀ ਲਈ ਇੱਕ ਸਾਈਡ ਤੇ ਖਲਾਰ ਤੇ ਥੋੜਾ ਜਿਹਾ ਵਾਕਿੰਗ ਡਿਸਟੈਂਸ ਹੈ ਸਕੂਲ ਹੈਗਾ ਠੀਕ ਹੈ ਨਾ گورਨਮੈਂਟ ਮਾਡਲ ਸਕੂਲ ਹੈਗਾ ਸਾਗਰੀ ਹੈ ਉੱਤੇ ਲਿਖਿਆ ਸਾਗਰੀ 라ਵਲਪਿੰਡੀ ਇੰਗਲਿਸ਼ ਮੀਡੀਅਮ ਤੇ ਇਹ ਸਾਗਰੀ ਦਾ ਤਹਿਸੀਲ ਤੇ ਜ਼ਿਲ੍ਹਾ 라ਵਲਪਿੰਡੀ ਹੀ ਹੈਗਾ ਕਿਉਂਕਿ 라ਵਲਪਿੰਡੀ ਤੋਂ ਬਹੁਤ ਨਜ਼ਦੀਕ ਹੈ ਤੇ ਇਹ ਚਾਦਵਾਲੀ ਦੇ ਬੈਕ ਸਾਈਡ ਤੇ ਸਭ ਤੋਂ ਪਹਿਲੇ ਆਣ ਕੇ Hindu Temples ਇਸ ਸਾਈਡ ਤੇ ਮੈਂ ਆਇਆ ਹਾਂ ਵੀਕਨ ਗੱਡੀ ਅੱਗੇ ਖੜੀ ਕੀਤੀ ਹੈ ਤੇ ਇਹ ਜਨਾਬ ਦੋ ਹਿੰਦੂ ਟੈਂਪਲ ਨੇ ਇਹ ਕਾਹ ਜਾਂਦਾ ਕਿ ਕਾਫੀ ਅੱਛੀ ਹਾਲਤ ਦੇ ਇਸਨ ਲੇਕਿਨ ਭਾਰਤ ਦੇ ਵਿੱਚ ਜਦੋਂ ਫਿਰ 1992 ਦੇ ਵਿੱਚ ਬਾਬਰੀ ਮਸਜਿਦ ਦਾ ਵਾਕਿਆ ਹੋਇਆ ਤੇ ਇਹਨਾਂ ਮੰਦਰਾਂ ਨੇ ਵੀ ਜਿਹੜਾ ਨਾ ਉਹ ਫਿਰ ਜਿਹੜੇ ਲੋਕ ਸਨ ਉਹਨਾਂ ਨੇ ਨੁਕਸਾਨ ਪਹੁੰਚਾਇਆ ਲੇਕਿਨ ਇਸ ਦੇ ਬਾਵਜੂਦ ਪਿੰਡ ਵਾਲਿਆਂ ਨੇ ਮੰਦਰ ਮੁਕੰਮਲ ਗਿਰਨ ਤੋਂ ਬਚਾ ਲਏ ਇਹ ਸਾਗਰੀ ਤਾਸੀਲ ਜ਼ਿਲ੍ਹਾ ਤਾਸੀਲ ਜ਼ਿਲ੍ਹਾ ਰੌਰਪਿੰਡੀ ਬਾਮਕਾਮ ਦੇ ਖਾਨਾ ਸਾਗਰੀ ਇਹ ਸਾਡਾ ਗਾਉਂ ਪਿੰਡ ਹੈ ਇਹ ਨੂਆ ਸਿੱਖਾਂ ਦਾ ਪਿੰਡ ਏ ਤੇ ਹੁਣ ਤੱਕ ਹਰ ਮੁਸਲਮਾਨਾਂ ਨੂੰ ਹੋ ਗਿਆ ਇਹ ਮੇਰੀ ਨਾਨੀ ਰਹਿਣੀ ਹੁੰਦੀ ਸੀ ਤੇ ਇਹ ਜਨਾਬ ਉਥੇ ਜਿੱਲੇ ਅਸੀਂ ਗੋਸ਼ਤ ਪਕਾਣੀ ਸੀ ਮੇਰੀ ਨਾਨੀ ਤਾਂ ਉਹ ਹਿੰਦੂ ਆ ਜਾਣਾ ਸੀ ਇਹ ਰੇਸ਼ਮਾ ਤੂੰ ਮਾਸ ਪਕਾਇਆ ਨਹੀਂ ਭਾਈ ਉਹ ਲੈ ਇੱਕ ਬੜਾ ਨਜ਼ਾਬ ਸੀ ਨਹੀਂ ਭਾਈ ਗੋਸ਼ਤ ਕੋ ਨਹੀਂ ਪਕਾਇਆ ਉਹ ਇਸ ਨੂੰ ਵੇਲਾ ਤੂੰ ਉਹ ਕਿ ਜੀ ਬਹੁਤ ਦਸ ਨੂੰ ਆ ਜਾਣੀ ਸੀ ਮੰਗਰੋ ਪਿੱਛੇ ਚੱਲਾ ਜਨਾ ਉਹਨਾਂ ਦਾ ਠੀਕ ਹੈ ਇਹਨਾਂ ਨੇ ਮੁਸਲਮਾਨਾਂ ਨੇ ਕੰਮ ਆ ਤੇ ਬਾਕੀ ਠੀਕ ਹੈ ਜੀ ਤੇ ਉਹਨਾਂ ਨੇ ਵੇਖਿਆ ਇਸੇ ਮੰਦਰਾਂ ਦੇ ਇਹ ਮੰਦਰ ਉਹਨਾਂ ਬਿਲਕੁਲ ਹੀ ਇਬਾਦਤ ਕਰਨੇ ਵੇਖਿਆ ਉਹਨੂੰ ਮੇਰੀ ਨਾਨੀ ਬਿਲਕੁਲ ਵੇਖਣੇ ਸੀ ਪੂਜਾ ਕਰਦੇ ਪੂਜਾ ਕਰਨੇ ਉਹਨਾਂ ਤੱਕਿਆ ਤੇ ਕੀ ਦੱਸਣ ਕਿ ਬੜੇ ਖੂਬਸੂਰਤ ਹੁੰਦੇ ਲੋਕ ਉਹ ਆਣੇ ਕੋਈ ਉਹਨਾਂ ਕੀ ਕੁਝ ਲਫਜ਼ ਵੀ ਯਾਦ ਸੀ ਕਿ ਐ ਪੜਨੇ ਹੁੰਨੇ ਸੀ ਉਹ ਜੀ ਇਹ ਦੋ ਬੱਕਰੀਆਂ ਤੁਸੀਂ ਦੇਖ ਰਹੇ ਹੋ ਤੇ ਇਹ ਉਹਦੇ ਕੋਲ ਦੋ ਟੈਂਪਲ ਇਹ ਤੁਹਾਨੂੰ ਮੈਂ ਅੰਦਰੋਂ ਵੀ ਦਿਖਾਉਣਾ ਪਹਿਲੇ ਬਾਹਰੋਂ ਜ਼ਰਾ ਇਹਦਾ ਵਿਊ ਤੁਹਾਨੂੰ ਦਿਖਾ ਲਾ ਅ ਦੇਖੋ ਤੁਸੀਂ ਇਹ 1947 ਦੀ ਪਾਰਟੀ ਚ ਤੋਂ ਪਹਿਲੇ ਕਿਉਂਕਿ ਇਸ ਪਿੰਡ ਦੇ ਚ ਹਿੰਦੂ ਕਮਿਊਨਿਟੀ ਔਰ ਸਿੱਖ ਕਮਿਊਨਿਟੀ ਬਹੁਤ ਜ਼ਿਆਦਾ ਤਦਾਦ ਦੇ ਚ ਰਹਿੰਦੀ ਸੀ ਕਿਉਂਕਿ ਇਹ ਕਸਬਾ ਹੈਗਾ ਸੀ ਸਾਗਰੀ ਤੇ ਇਹਦੇ ਆਸ-ਪਾਸ ਦੇ ਪਿੰਡਾਂ ਦੇ ਲੋਕ ਇਸ ਪਿੰਡ ਤੋਂ ਆਉਂਦੇ ਨੇ ਸ਼ਾਪਿੰਗ ਕਰਨ ਵੀ ਆਉਂਦੇ ਸਨ ਉਹ ਬਾਜ਼ਾਰ ਅੱਗੇ ਆਂਦਾ ਮੈਂ ਉਹ ਵੀ ਤੁਹਾਨੂੰ ਦਿਖਾ ਲਾਂ ਖਤਰਿਆਂ ਦੀ ਦੁਕਾਨਾਂ ਸਨ ਉੱਥੇ ਇਹਦੇ ਨਾਲ ਨਾਲ ਇੱਥੇ ਜਿਹੜਾ ਧਰਮਸ਼ਾਲਾ ਬਣਿਆ ਉਹ ਵੀ ਤੁਹਾਨੂੰ ਦਿਖਾ ਲਾਂ ਲੇਕਿਨ ਮੈਂ ਤੁਹਾਨੂੰ ਟੈਂਪਲ ਪਹਿਲਾਂ ਦਿਖਾ ਲਾਂ ਤੇ ਤੁਸੀਂ ਉਨੀ ਦੇਰ ਤੱਕ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਮੇਰੀਆਂ ਸਾਰੀਆਂ ਵੀਡੀਓ ਤੁਹਾਨੂੰ ਮਿਲ ਸਕਣ ਤੁਹਾਨੂੰ ਪਤਾ ਵੀਡੀਓ ਮੇਰੀਆਂ ਅਛੀਆਂ ਹੁੰਦੀਆਂ ਨੇ ਪਿਆਰ ਮੁਹੱਬਤ ਵਾਲੀਆਂ ਹੁੰਦੀਆਂ ਨੇ ਤੇ ਇਸ ਤੋਂ ਪਹਿਲੇ ਕਿ ਮੈਂ ਤੁਹਾਨੂੰ ਟੈਂਪਲ ਦੇ ਅੰਦਰ ਲੈ ਕੇ ਜਾਵਾਂ ਮੈਨੂੰ ਖੂਹ ਇੱਕ ਨਜ਼ਰ ਆਇਆ ਮੈਂ ਤੁਹਾਨੂੰ ਖੂਹ ਦਿਖਾ ਲਾਂ ਮੈਨੂੰ ਇੱਕ ਇੱਥੇ ਮਿਲਿਆ ਸੀ ਇਹ ਪਿੰਡ ਦੇ ਨੌਜਵਾਨ ਉਹਨਾਂ ਨੇ ਦੱਸਿਆ ਸੀ ਕਿ ਅਸੀਂ ਆਪਣੇ ਬਜ਼ੁਰਗਾਂ ਕੋ ਸੁਣਿਆ ਕਿ ਜਦੋਂ 1947 ਦੀ ਪਾਰਟੀਸ਼ਨ ਨਹੀਂ ਸੀ ਹੋਈ ਤੇ ਇੱਥੋਂ ਜਨਾਬ ਪੁਰਾਣੇ ਖੂਹ ਤੋਂ ਸਿਸ ਲੋਕ ਆ ਕੇ ਪਾਣੀ ਖਾੜਦੇ ਹੁੰਦੇ ਸਨ ਠੀਕ ਹੈ ਨਾ ਤੇ ਅੱਜ ਇਹ ਖੂਹ ਜਿਹੜਾ ਨਾ ਇਹ ਇਹਦੇ ਉੱਤੇ ਜੰਗਲਾ ਲਾਤਾ ਕਿਉਂਕਿ ਕਾਬਲੇ ਇਸਤੇਮਾਲ ਪਾਣੀ ਨਹੀਂ ਅਧਾ ਹੈਗਾ ਤੇ ਇਹ ਹੁਣ ਤੁਸੀਂ ਦੇਖ ਲਓ ਕਿ ਇਹ ਵੀ ਆਖਰੀ ਸਾਵਾ ਲੈ ਰਿਹਾ ਹੈ ਸ਼ਾਇਦ ਕਿਸੇ ਵੇਲੇ ਵੀ ਨਪੂਰ ਦਿੱਤਾ ਜਾਏ ਤੇ ਐ ਕੋਲ ਦੋ ਟੈਂਪਲ ਹੁਣ ਮੈਂ ਇਹਨਾਂ ਦੇ ਅੰਦਰ ਜਾਵਾਂਗਾ ਉਹ ਤੁਹਾਨੂੰ ਦਿਖਾਵਾਂਗਾ ਅੰਦਰ ਮੂਰਤੀ ਸਥਾਨ ਵਗੈਰਾ ਤਾਂ ਕਿ ਤੁਸੀਂ ਦੇਖੋ ਔਰ ਗੈਸ ਕਰ ਸਕੋ ਕਿ ਮੰਦਰ ਕਿਹੜੇ ਹੈਗੇ ਨੇ ਠੀਕ ਹੈ ਨਾ ਮੈਂ ਕੋਈ ਇਹਨਾਂ ਦਾ ਗਲਤ ਨਾਮ ਲੈ ਕੇ ਤੇ ਕੋਈ ਗਲਤ ਚੀਜ਼ ਨਹੀਂ ਸਾਬਤ ਕਰਨਾ ਚਾ ਰਿਹਾ ਇਹ ਕ੍ਰਿਸ਼ਨਾ ਟੈਂਪਲ ਨੇ ਜਾਂ ਜੋ ਵੀ ਤੁਸੀਂ ਬਿਹਤਰ ਸਮਝ ਦਿਓ ਕਿਉਂਕਿ ਇੱਟਾਂ ਤੇ ਇਹਦੀਆਂ ਮੋਟੀਆਂ ਲੱਗੀਆਂ ਨੇ ਇਸ ਲਈ ਇਹ ਕਿਹਾ ਜਾ ਸਕਦਾ ਕਿ ਬਹੁਤ ਕਦੀਮੀ ਟੈਂਪਲ ਨਹੀਂ ਠੀਕ ਹੈ ਨਾ ਇਹ ਮਤਲਬ ਜਿਸ ਤਰ੍ਹਾਂ ਹੁੰਦਾ ਹੈ ਕਿ 17ਵੀਂ ਸਦੀ ਦੇ ਪانے ਜਾਂ 400 ਸਾਲ ਪੁਰਾਣਾ ਉਹ ਨਹੀਂ ਹੈਗਾ ਇਹ ਯਕੀਨਨ 90ਵੀਂ ਸਦੀ ਦੇ ਜਿਹੜਾ ਨਾ ਆਗਾਜ਼ ਹੀ ਬਣੇ ਹੋਣਗੇ ਆ ਦੇਖੋ ਜੀ ਇਸ ਦਰਵਾਜ਼ਾ ਵਗੈਰਾ ਕੋਈ ਨਹੀਂ ਲੇਕਿਨ ਮੈਂ ਫੇਰ ਵੀ ਕੋਸ਼ਿਸ਼ ਕਰਨ ਅੰਦਰ ਮੈਨੂੰ ਅਸਲ ਚੰਦਾ ਜਾਣ ਲੱਗਿਆ ਡਰ ਲੱਗਦਾ ਅੰਦਰ ਤਬੂੜੀਆਂ ਵਗੈਰਾ ਦੇ ਬੜੇ ਅੱਜ ਕੱਲ ਖੱਖਰ ਲੱਗੇ ਹੁੰਦੇ ਨੇ ਤੇ ਮੈਂ ਨਹੀਂ ਜਾਣਦਾ ਕਿ ਨੱਕਬਾ ਸਜਾ ਲਵਾਂ ਮੈਂ ਅੱਛਾ ਇਹ ਜਨਾਬ ਤੁਸੀਂ ਦੇਖੋ ਆਪਣੇ ਦੌਰ ਦਾ ਬਹੁਤ ਹੀ ਜ਼ਬਰਦਸਤ ਟੈਂਪਲ ਔਰ ਇਹ ਅੰਦਰ ਦੇ ਅੰਦਰ ਦੇ 뷰 ਅਲਾਦਾ ਕਾਲਾ ਹੋਇਆ ਦਾ ਕਿਤੇ ਇਹਨੂੰ ਜਿਹੜਾ ਨਾ ਕੋਈ ਸ਼ਾਇਦ ਕੋਈ ਇਹਦੇ ਵਿੱਚ ਨਾ ਅੱਗ ਬਲਦੀ ਰਹੀ ਹੈ ਜਾਂ ਇਹਨੂੰ ਨੁਕਸਾਨ ਪਹੁੰਚਿਆ ਉਹ ਹੀ ਪੁਰਾਣੇ ਹੰਗਾਮੇ ਜਿਹੜੇ ਹੋਏ ਸਨ 47 ਦੇ ਤੇ ਇਹ ਜਨਾਬ ਇਹਦੇ ਵਿੱਚ ਸਾਹਮਣੇ ਮੂਰਤੀ ਸਤਨ ਅੱਛਾ ਲੈਫਟ ਸਾਈਡ ਤੇ ਵੀ ਤੇ ਰਾਈਟ ਸਾਈਡ ਤੇ ਵੀ ਹੈ ਤੇ ਇਹਦਾ ਮਤਲਬ ਹੈ ਕਿ 3 ਮੂਰਤੀ ਯਾਨੀ ਕਿ ਤਿੰਨ ਮੂਰਤੀਆਂ ਇੱਥੇ ਹੋਣਗੀਆਂ ਇਹ ਤੁਸੀਂ ਦੇਖ ਲਓ ਠੀਕ ਹੈ ਨਾ ਆ ਇਸ ਤਰ੍ਹਾਂ ਇਸ ਤਰ੍ਹਾਂ ਥੋੜਾ ਥੋੜਾ ਮੈਨੂੰ ਵੀ ਪਤਾ ਲੱਗਦਾ ਜਾ ਰਿਹਾ ਹੈ ਇਸਰੇ ਬੰਦਾ ਸਿੱਖਦਾ ਨਾ ਮਤਲਬ ਤੇ ਇਹ ਜਨਾਬ ਤੁਸੀਂ ਦੇਖੋ ਕੁਛ ਹਲੇ ਵੀ ਨਕਸ਼ਨਗਾਰ ਇਹਦਾ ਨਜ਼ਰ ਆ ਰਿਹਾ ਹੈ ਲੇਕਿਨ ਇਹਦੇ ਤੇ ਬਹੁਤ ਜ਼ਿਆਦਾ ਚੀਜ਼ਾਂ ਨਹੀਂ ਕਿਉਂਕਿ ਇਹ ਓਪਨ ਪਲੇਸ ਹੈਗੀ ਹੈ ਤੇ ਇਸ ਚ ਆਚਾਰਦਾਰ ਕੋਈ ਨਹੀਂ ਹੈਗੀ لہذا ਇਹਦਾ ਜਿਹੜਾ ਨਾ ਉਹ ਨਕਸ਼ਨਕਾਰ ਉੱਤੇ ਜਾਂ ਕੋਈ چیزਾਂ ਬਾਜ਼ੁਕਾਤ ਮੈਂ ਦੇਖਣਾ ਟੈਂਪਲ ਉੱਤੇ بڑے بڑے ਛੇ ਜਿਹੜੇ ਨਾ ਉਹ ਦੇਵਤਾ ਬਨੇ ਹੁੰਦੇ ਨੇ ਮੂਰਤੀਆਂ ਬਨੀਆਂ ਹੁੰਦੀਆਂ ਨੇ ਠੀਕ ਹੈ ਨਾ ਲੇਕਿਨ ਇਹਦੇ ਤੇ ਸਿਰਫ ਕੁਝ ਕਲਰਫੁੱਲ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਖੂਬਸੂਰਤੀਏ ਉਹ ਨਜ਼ਰ ਆ ਰਹੀ ਹੈ ਲੇਕਿਨ ਹੁਣ ਵਕਤ ਨਾਲ ਉਹ ਵੀ ਮਦਮ ਪੜਦੀ ਜਾ ਰਹੀ ਹੈ ਮਾਨ ਪੜਦੀ ਜਾ ਰਹੀ ਹੈ ਕਿਉਂਕਿ ਇਸ ਜਿਹੜਾ ਹੈਗਾ ਟੈਂਪਲ ਇਹ ਨਦੀ ਕੋਈ ਖਾਤਰ ਖਾਏ ਮੈਨੂੰ ਲੱਗਦਾ ਕਿ ਹਫਾਜ਼ਤ ਕੀਤੀ ਜਾ ਰਹੀ ਹੈ ਇਹ ਦੂਸਰਾ ਦੇਖੋ ਨਾ ਟੈਂਪਲ ਦੀਆਂ ਇੱਟਾਂ ਉਖੜਨੀ ਸ਼ੁਰੂ ਹੋ ਗਈਆਂ ਨੇ ਔਰ ਜਦੋਂ ਇੱਟਾਂ ਉਖੜਨੀਆਂ ਸ਼ੁਰੂ ਹੋ ਜਾਣ ਤੇ ਫਿਰ ਆਇਸਤਾ ਇਸ ਤਰ੍ਹਾਂ ਦੋਸਤੋ ਉਸ ਦੀਮਗ ਦੀ ਤਰ੍ਹਾਂ ਉਹ ਫਿਰ ਇਹਨੂੰ ਦੀਵਾਰਾਂ ਨੂੰ ਬੁਨਿਆਦਾਂ ਨੂੰ ਖੋਖਲਿਆਂ ਕਰ ਛੱਡ ਦਿੰਦੇ ਨੇ ਠੀਕ ਹੈ ਨਾ ਇਹ ਦੇਖੋ ਤੁਸੀਂ ਨਾਲ ਦੱਸਿਆ ਵੀ ਕਰੋ ਕਿ ਕਮੈਂਟ ਕਰਕੇ ਕਿ ਤੁਹਾਨੂੰ ਕੀ ਸਮਝ ਆਈ ਕਿਹੜਾ ਟੈਂਪਲ ਹੋਣ ਗਿਆ ਠੀਕ ਨਾ ਹਲੇ ਤੁਹਾਨੂੰ ਧਰਮਸਾਲਾ ਦਿਖਾਨੀ ਹੈ ਇਹ ਤੇ ਖਾਲਸਾ ਸਕੂਲ ਹੈ ਉਹਦਾ ਵੀ ਤੁਹਾਨੂੰ ਟੱਚ ਦਿਖਾऊंगा ਲੇਕਿਨ ਬਾਜ਼ਾਰ ਜਿਹੜਾ ਖਤਰਿਆਂ ਦਾ ਸੀ ਅੱਜ ਉੱਥੇ ਮੁਸਲਮਾਨਾਂ ਦੀਆਂ ਦੁਕਾਨਾਂ ਨੇ ਉਹ ਵੀ ਤੁਹਾਨੂੰ ਦਿਖਾ ਲਿਆ ਲੇਕਿਨ ਅਜਾ ਮੈਂ ਤੁਹਾਨੂੰ ਟੈਂਪਲ ਅੰਦਰ ਉਹ ਦਿਖਾ ਲਾਂ ਵੀਡੀਓ ਸਾਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤੁਹਾਨੂੰ ਮਜ਼ਾ ਆਏਗਾ ਜੋ ਸਾਰੀ ਵੀਡੀਓ ਵੰਦੇ ਹੋ 10 12 ਮਿੰਨਾਂ ਦੀ ਵੀਡੀਓ ਹੁੰਦੀ ਹੈ ਕੋਈ ਜ਼ਿਆਦਾ ਲੰਮੀ ਚੋੜੀ ਦੀ ਵੀਡੀਓ ਮੈਂ ਬਣਾਉਂਦਾ ਨਹੀਂ ਤਾਂ ਕਿ ਐਵੇਂ ਹੀ ਤੁਹਾਡਾ ਬਕਵਾਸ ਆਇਆ ਕਰਾ ਕਿ ਤੁਹਾਨੂੰ ਹਤੇ ਘੰਡੇ ਘੇਡੇ ਦੇ ਵੀਡੀਓ ਬਣਾ ਕੇ ਦੇ ਵਿੱਚ ਬਾਰ ਬਾਰ ਉਹੀ ਗੱਲਾਂ ਕਹੀ ਜਾਵਾ ਐਸਾ ਨਹੀਂ ਅੱਛਾ ਇਹ ਆ ਗਿਆ ਦੂਸਰਾ ਟੈਂਪਲ ਜੀ ਓਏ ਹੋਏ ਅੰਦਰ ਇੱਕ ਛੋਟਾ ਜਿਹਾ ਕੁੱਤੇ ਦਾ ਬੱਚਾ ਹੈਗਾ ਉਹ ਲੋਕੇ ਬੈਠਾਏ ਇਥੇ ਅੱਛਾ ਮੈਨੂੰ ਇਹ ਦੇਖੋ ਵੀ ਡਰ ਲੱਗਦਾ ਕਿਤੇ ਲਾਤੀ ਨਾ ਪੈ ਜਾਏ ਇਹ ਦੇਖੋ ਜੀ ਇਹ ਵੀ ਇਹਦਾ ਜੇ ਡੋਮ ਬਣਿਆ ਠੀਕ ਹੈ ਨਾ ਤੇ ਇਹਦੇ ਵਿੱਚ ਵੀ ਇਹ ਮੂਰਤੀ ਸਥਾਨ ਬਣੇ ਨੇ ਔਰ ਥੱਲੇ ਜਨਾਬ ਕਾਫੀ ਇਹਦੇ ਵਿੱਚ ਜਲਿਆ ਜੁਲਿਆ ਚੀਜ਼ਾਂ ਨੇ ਆ ਦੇਖੋ ਨਾ ਇਹਦੇ ਵਿੱਚ ਤਿੰਨਾਂ ਸਾਈਡਾਂ ਤੇ ਮੂਰਤੀ ਸਥਾਨ ਬਣੇ ਨੇ ਤੇ ਮੁxtਲਕ ਜਿਹੜਾ ਨਾ ਦੇਵਤਾ ਮੁxtਲਕ ਜਿਹੜੇ ਹੈਗੇ ਨੇ ਹਿੰਦੂਆਂ ਦੇ عقیدਿਆਂ ਦੇ ਮੁਤਾਬਕ ਇੱਥੇ ਹੀ ਇਬਾਦਤ ਉਹਨਾਂ ਦੀ ਜਿਹੜੀ ਹੁੰਦੀ ਹੈ ਪੂਜਾ ਉਹ ਕਰਦੇ ਹੋਣਗੇ ਤੇ ਅੱਜ ਵੇਖੋ ਜੀ 1947 ਤੋਂ ਬਾਅਦ ਇੱਕ ਦਿਨ ਵੀ ਇਸ ਮੰਦਿਰ ਦੇ ਵਿੱਚ ਪੂਜਾ ਨਹੀਂ ਹੋਈ ਕਿਉਂਕਿ ਇੱਥੇ ਹਿੰਦੂ ਨਹੀਂ ਹੈਗੇ ਇਨਾਂ ਦੀ ਜਿਹੜੀ ਲੁੱਕ ਆਫਟਰ ਇਹਨਾਂ ਉਹ ਉਹਦਾ ਵੀ ਇੱਕ ਕਾਰਨ ਹੈ ਇਹ ਲੁੱਕ ਆਫਟਰ ਨਾ ਹੋਂਦਾ ਕਿ ਤੇ Hindu ਕਮਿਊਨਿਟੀ ਨਹੀਂ ਹੈਗੀ ਤਾਂ ਕਿ ਉਹ ਇੱਥੇ ਹੀ ਬਾਤ ਕਰ ਸਕਣ ਪਾਕਿਸਤਾਨ ਦੇ ਜਿਨ੍ਹਾਂ ਜਿਨ੍ਹਾਂ ਇਲਾਕਿਆਂ ਦੇ ਜਿਹੜੇ Hindu ਹੈਗੇ ਨੇ ਉਸ ਇਲਾਕੇ ਦੇ ਮੰਦਰ ਬਹੁਤ ਖੂਬਸੂਰਤ ਔਰ ਬੜੇ ਸੰਭਾਲ ਦੇ ਜਨੇ ਬਾਕਾਇਦਾ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਨਾ ਸਿਰਫ ਇੱਥੇ ਪ੍ਰਬੰਧਕ ਕਮੇਟੀਆਂ ਬਣੀਆਂ ਨੇ ਬਲਕਿ ਜਿਹੜੀ ਗਵਰਨਮੈਂਟ ਹੈ ਮੁਤਲਕਾ ਮਹਿਕਮੇ ਨੇ ਉਹ ਵੀ ਉਹਦਾ ਖਿਆਲ ਰੱਖਦੇ ਨੇ ਅੱਛਾ ਚੱਲ ਮੈਂ ਤੁਹਾਨੂੰ ਧਰਮਸਾਲਾ ਦਿਖਾਣਾ ਲੇਕਿਨ ਉਸ ਤੋਂ ਪਹਿਲੇ ਰਸਤਾ ਰਸਤੇ ਚਾਨ ਕੇ ਬਾਜ਼ਾਰ ਇਹ ਤਾਂ ਘਰ ਕੋਈ ਜ਼ਿਆਦਾ ਪੁਰਾਣਾ ਨਹੀਂ ਲੇਕਿਨ ਖੰਡਰ ਹੀ ਬਣ ਗਿਆ ਇਹ ਖੱਤਰੀਆਂ ਦੀ ਦੁਕਾਨਾਂ ਆ ਗਈਆਂ ਜੀ ਇਹ ਥੋੜੀ ਜਿਹੀ ਤੁਹਾਨੂੰ ਮੈਂ ਉਹ ਵੀ ਦਿਖਾ ਲਣਾ ਦੇਖੋ ਜੀ ਕਿਆ ਮਜ਼ਬੂਤੀ ਦਾ ਸ਼ੇਡ ਬਣਿਆ ਔਰ ਇਹ ਲੱਕੜੀ ਇਹ ਸਾਰਾ ਬਾਜ਼ਾਰ ਬਹੁਤ ਵੱਡਾ ਹੈ ਬਾਜ਼ਾਰ ਅੱਜ ਵੀ ਹੈਗਾ ਲੇਕਿਨ ਪਿੰਡ ਦੇ ਹਿਸਾਬ ਨਾਲ ਬਹੁਤ ਵੱਡਾ ਬਾਜ਼ਾਰ ਹੈ ਦੇਖੋ ਨਾ ਤੇ ਕਈਆਂ ਦੇ ਜੰਦਰੇ ਵੱਜ ਗਏ ਨੇ ਅਹ ਵੇਖੋ ਜੀ ਇਹ ਦੇਖੋ ਤੁਸੀਂ ਅਬਰਾਮ ਦਾ ਤੇ ਉਹਦੇ ਵਿੱਚ ਦੁਕਾਨਾਂ ਤੇ ਰਾਈਟ ਸਾਈਡ ਤੇ ਇੱਥੇ ਵੀ ਕੋਈ ਕੋਈ ਬਿਲਡਿੰਗ ਹੋਏਗੀ ਦੁਕਾਨਾਂ ਹੋਂ ਕਿ ਉੱਤੇ ਚਬਾਰਾ ਹੋਏਗਾ ਲੇਕਿਨ ਉਹ ਖੋਲਾ ਬਣ ਗਿਆ ਤੇ ਲੋਕੀ ਸੌੜ ਦੇ ਵਿੱਚ ਕੂੜਾ ਤੇ ਇਹ ਦੇਖੋ ਜੀ ਇਹ ਪੁਰਾਣਾ ਹੈ ਉਹ ਫਨੇ ਤਮੀਰ ਅੰਦਰ ਕੀ ਹੈ ਅੱਛਾ ਅੰਦਰ ਵੀ ਜਨਾਬ ਡਬਲ ਦੁਕਾਨ ਇਸ ਤਰ੍ਹਾਂ ਕਿ ਹੁੰਦੀ ਹੈ ਕਿ ਅੱਗੇ ਇੱਕ ਦੁਕਾਨ ਹੋਸੀ ਇੱਕ ਪਿੱਛੇ ਕੋਠਰੀ ਨਵਾ ਬਣਾਈ ਜਾਂਦੀ ਸੀ ਸਟੋਰ ਨਵਾ ਦੁਕਾਨ ਹੁੰਦੀ ਸੀ ਔਰ ਉਹਦੇ ਅੱਗੇ ਬਰਾਮਦਾ ਇਹ ਖਾਸ ਸਟਾਈਲ ਸੀ ਖੱਤਰੀਆਂ ਦੀਆਂ ਦੁਕਾਨਾਂ ਦਾ ਉਸ ਦੌਰ ਦੇ ਵਿੱਚ ਨਾ ਇਹ ਡਬਲ ਦੁਕਾਨ ਹੁੰਦੀ ਸੀ ਔਰ ਅੱਗੇ ਬਰਾਮ ਦਾ ਕੰਮ ਸਕਮ ਜ਼ਰੂਰ ਬਣਾਉਂਦੇ ਹੁੰਦੇ ਸਨ ਮੈਜੋਰਿਟੀ ਤੇ ਆ ਦੇਖੋ ਜੀ ਹੁਣ ਕੀ ਆ ਸ਼ਾਕਾਰ ਹਾਂਜੀ ਬੜਾ ਦਿਲ ਨੂੰ ਹੁੰਦਾ ਹੈ ਕਿ ਵੇਖੋ ਜੀ ਜਦੋਂ ਇਹ ਦੁਕਾਨਾਂ ਖਾਤਰੀਆਂ ਨੇ ਬਣਾਈਆਂ ਹੋਣਗੀਆਂ ਉਹਨਾਂ ਦਾ ਜ਼ੇਨ ਹੋਵੇਗਾ ਕਿ ਇਹਨਾਂ ਕਾਰੋਬਾਰ ਨੂੰ ਵਧਾਵਾਂਗੇ ਇੱਕ ਦੀ ਦੋ ਦੋ ਦੀਆਂ ਚਾਰ ਦੁਕਾਨਾਂ ਲੇਕਿਨ ਜਿੱਥੇ ਜਿੱਥੇ ਵੀ ਕਿਸੇ ਦਾ ਕਾਰੋਬਾਰ ਆਇਆ ਸੀ ਉੱਥੇ ਹੀ ਠੱਪ ਹੋ ਗਿਆ ਇਹ ਦੇਖੋ ਨਾ ਬਾਜ਼ਾਰ ਬਣੇ ਨੇ ਤੰਗ-ਤੰਗ ਬਾਜ਼ਾਰ 6-6 ਫੁੱਟ ਤੇ 8-8 ਫੁੱਟ ਤੇ ਇਹ ਜਨਾਬ ਕਿਤੇ ਕਿਤੇ ਖੋਲੇ ਬਣ ਗਏ ਨੇ ਔਰ ਕਿਤੇ ਕਿਤੇ ਕੁਝ ਲੋਕਾਂ ਨੇ ਸ਼ਟਰ ਨਵੇਂ ਲਗਾ ਲਏ ਨੇ ਇਹ ਬਾਜ਼ਾਰ ਸਾਰਾ ਪੁਰਾਣਾ ਇਥੇ ਹੁੰਦਾ ਸੀ ਦੇਖੋ ਨਾ ਤੁਹਾਨੂੰ ਇਹਦੀ ਸ਼ੇਪ ਹੀ ਨਜ਼ਰ ਆ ਰਹੀ ਹੈ ਲੇਕਿਨ ਆਫਕੋਰਸ ਲੋਕੀਓ ਨਵੇਂ تعمیرات ਕਰਦੇ ਜਾ ਰਹੇ ਨੇ ਤੇ ਇਹ ਚੌਕ ਆ ਗਿਆ ਜੀ ਧਰਮਸਾਲਾ ਚੌਕ ਤੇ ਇੱਥੇ ਆ ਹੁਣ ਰਾਈਟ ਸਾਈਡ ਤੇ ਜਿਹੜੀ ਬਿਲਡਿੰਗ ਹੈ ਨਾ ਇਹਨੂੰ ਇੱਥੇ ਲੋਕ ਗੁਰਦੁਆਰਾ ਵੀ ਕਹਿੰਦੇ ਨੇ ਧਰਮਸਾਲਾ ਵੀ ਕਹਿੰਦੇ ਨੇ ਲੇਕਿਨ ਜੋ ਵੀ ਹੈ ਅੰਦਰ ਚੱਲਨੇ ਆ ਔਰ ਦੇਖਣ ਦੀ ਕੋਸ਼ਿਸ਼ ਕਰਨੀ ਆ ਕਿ ਸ਼ਾਇਦ ਅੰਦਰ ਕੋਈ ਤਹਿਰੀਰ ਸਾਨੂੰ ਮਿਲ ਜੇ ਕਿਉਂਕਿ ਇਹ ਬਰਾਮਦੇ ਦੇ ਦੇ ਨੇ ਬਹੁਤ ਵੱਡਾ ਹਾਲ ਨਜ਼ਰ ਆ ਰਿਹਾ ਹੈ ਇਧਰ ਮਸਾਲਾ ਹੀ ਲੱਗ ਰਿਹਾ ਇਸ ਲਈ ਕਿ ਜੀ ਆਹ ਦੇਖੋ ਨਾ ਇਹਦਾ ਹਾਲ ਤੁਸੀਂ ਔਰ ਇਹਦੇ ਦਰਵਾਜ਼ੇ ਚਾਰ ਦਰਵਾਜ਼ੇ ਅੰਦਰ ਚੱਲ ਕੇ ਦੇਖਣ ਦੀ ਕੋਸ਼ਿਸ਼ ਕਰਨੀ ਆ ਕਿ ਅੰਦਰ ਇਹਦੀ ਬੰਤਰ ਕਿ ਐਸੀ ਬਣੀ ਹੈ ਠੀਕ ਹੈ ਨਾ ਕਿਹਦਾ ਬਣਾ ਹੋਇਆ ਹੈ ਇਹ ਸਟਰਕਚਰ ਵਾਹ ਜੀ ਵਾਹ ਬਹੁਤ ਹੀ ਬੁਰੀ ਹਾਲਤ ਲੁੱਕ ਆਫਟਰ ਬਿਲਕੁਲ ਨਹੀਂ ਹੋਈ ਜਿਸ ਦੀ ਵਜ੍ਹਾ ਨਾਲ ਟੁੱਟ ਫਾਜ ਦਾ ਸ਼ਿਕਾਰ ਹੋ ਗਿਆ ਸਾਰਾ ਕੁਝ ਕਾਸ਼ ਕਿ ਇਹਨੂੰ ਸੰਭਾਲ ਲਿੱਤਾ ਜਾਂਦਾ ਬੜਾ ਇਹ ਹੈਗਾ ਫਨ ਤਾਂ ਮੇਰਾ ਆਪਣੇ ਤੌਰ ਦਾ ਸਿੱਖਾਂ ਦੀ ਯਾਦਗਾਰ ਹੈ ਦੇਖੋ ਨਾ ਤੁਸੀਂ ਕਿ ਉੱਤੇ ਲੈਂਟਰ ਟਾਈਪ ਬਣਿਆ ਜਿਸ ਤਰ੍ਹਾਂ ਅੰਗਰੇਜ਼ ਦਾ ਉਹ ਬਣੇ ਰੇਲਵੇ ਸਟੇਸ਼ਨਾਂ ਦੀ ਛੱਤ ਨਹੀਂ ਹੁੰਦੀ ਔਰ ਇਹ ਵੀ ਮੋਟੀ ਇਟਰੀ ਜਿਸ ਚ ਇਸਤੇਮਾਲ ਹੋਈ ਹੈ ਭਰੀਕ ਇਟ ਨਹੀਂ ਨਾਨਕਸ਼ਾ ਇਟ ਨਹੀਂ ਬਣੀਦੀ ਮਗਲਿਆ 8 ਨਹੀਂ ਇਹ ਅੰਗਰੇਜ਼ ਦੌਰ ਦੀ ਜਿਹੜੀ ਹੈ ਨਾ ਉਹ 80 ਇਸ ਲਈ ਇਹਦੀ ਵੀ ਤਾਰੀਖ ਬਹੁਤ ਪੁਰਾਣੀ ਨਹੀਂ ਤੇ ਇਹ ਕੁਝ ਚੀਜ਼ਾਂ ਨਜ਼ਰ ਆਈਆਂ ਨੇ ਜੀ ਇਹਦੇ 'ਚ ਕੁਝ ਲਿਖਿਆ ਹੈ ਜੀ ਕਿ ਜੀ ਸੇਵਾ ਕਰਾਈ ਚੌਧਰੀ ਦੀਦਾਰ ਸਿੰਘ ਕੋਲੀ ਸਾਗਰ ਤੇ ਇਹ ਗੁਰਮੁਖੀ ਹੈ ਇਹ ਤੁਸੀਂ ਪੜੋ ਕੀ ਲਿਖਿਆ ਹੈ ਅਗਰ ਨਹੀਂ ਪੜਿਆ ਜਾ ਰਹਾ ਤੇ ਵੀਡੀਓ ਨਹੀਂ ਇੱਥੇ ਰੋਕ ਕੇ ਪਾੜ ਲਓ ਓਹੋ ਆਹ ਦੇਖੋ ਜੀ ਇਹ ਪਤਾ ਨਹੀਂ ਕਿਦਾ ਕੋ ਸਟੋਰ ਅੰਦਰ ਪਿਆ ਕੋ ਸਾਮਾਨ ਰੱਖਿਆ ਚਿੱਕਾਂ ਪਈਆਂ ਤੇ ਛੱਤਾਂ ਉਹ ਤੋਂ ਆਸਮਾਨ ਚਾਤੀਆਂ ਮਾਰਦਾ ਪਿਆ ਵੇਖੋ ਜੀ ਕਿੱਥੇ ਗਏ ਲੋਕ ਜਿਹੜੇ ਇੱਥੇ ਇਟਾ ਲਾਗੇ ਨੇ ਇਸ ਇਮਾਰਤਾਂ ਬਣਾ ਗਏ ਨੇ ਤੇ ਹੁਣ ਖੋਲੇ ਨਗ ਬੂਹਾ ਦੇ ਨਗਬਾਰੀ ਸਿਰਫ ਯਾਦਾਂ ਹੀ ਰਹਿ ਗਈਆਂ ਦੋਸਤੋ ਯਾਦਾਂ ਤੇ ਹੁਣ ਚੱਲਨੇ ਸਕੂਲ ਵੱਲ ਅੱਛਾ ਇਹ ਆ ਗਿਆ ਜੀ ਗਵਰਨਮੈਂਟ ਹਾਇਰ ਸੈਕੰਡਰੀ ਸਕੂਲ ਸਾਗਰੀ ਇਹ ਹੁੰਦਾ ਸੀ ਖਾਲਸਾ ਹਾਈ ਸਕੂਲ ਯਾਨੀ ਕਿ ਪਹਿਲੇ ਪ੍ਰਾਇਮਰੀ ਮਿਡਲ ਔਰ ਹਾਈ ਹੁਣ ਹਾਇਰ ਇਹ ਸਿੱਖਾਂ ਨੇ ਬਣਾਇਆ ਸੀ ਬਹੁਤ تعلیم ਕਰ تعلیم ਤੇ ਕੰਮ ਕੀਤਾ ਮੁਖਤਲਫ ਸਕੂਲ ਉਸ ਦੇ ਉਹਦੇ ਵਿੱਚ ਸਿੱਖਾਂ ਬਣਾਏ ਸਨ ਤੇ ਇਹ ਆ ਗਿਆ ਜਨਾਬ ਇਹ ਹੁਣ ਦਰਵਾਜ਼ਾ ਬੰਦ ਹੈ ਮੈਂ ਅਚਾਨਕ ਇੱਥੇ ਆਇਆ ਤੇ ਇਹ ਬੋਰਡ ਕਿਹਾ ਜਾਂਦਾ ਇਹ ਵੀ ਬਹੁਤ ਕਦੀਮੀ ਬੋਰਡ ਹੈ ਔਰ ਇਹ ਸਕੂਲ ਦੀ ਸਾਰੀ ਇਮਾਰਤ ਤੁਹਾਨੂੰ ਜਿਹੜੀ ਨਜ਼ਰ ਆ ਰਹੀ ਹੈ ਨੇ ਉਹ ਹੀ ਜਿਹੜੀ ਪੁਰਾਣੀ ਹੈ ਵਾਹ ਜੀ ਵਾਹ ਪਤਾ ਨਹੀਂ ਕਿੰਨੇ ਕੁ ਲੋਕ ਇੱਥੋਂ ਪੜ ਚੁੱਕੇ ਨੇ ਕੀ ਆ ਜੰਦਾ ਹੈ ਕਿ ਪਾਕਿਸਤਾਨੀ ਜਿਹੜੇ ਕਲਾਕਾਰ ਮੁੰਨੂ ਭਾਈ ਨੇ ਡਰਾਮਾ ਆਰਟਿਸਟ ਉਹ ਵੀ ਇੱਥੇ ਪੜਦੇ ਰਹੇ ਨੇ ਕਿਉਂਕਿ ਉਹਨਾਂ ਦੇ ਵਾਲਦ ਸਾਹਿਬ ਜਿਹੜੇ ਨੇ ਇੱਥੇ ਨਾਲ ਹੀ ਮੰਕਿਆਨਾ ਸਟੇਸ਼ਨ ਦੇ ਰੈਲਵੇ ਸਟੇਸ਼ਨ ਉੱਤੇ ਸਟੇਸ਼ਨ ਮਾਸਟਰ ਸਨ ਤੇ ਉਹ ਵੀ ਇੱਥੇ ਕੁਝ ਹਰਸਾ ਪੜੇ ਨੇ ਤੇ ਜਨਾਬ ਇਹ ਥੋੜੀ ਜਿਹੀ ਵੀਡੀਓ ਸੀ ਸਾਗਰੀ ਕਸਬਾ ਦੀ ਤਹਿਸੀਲ ਜ਼ਿਲ੍ਹਾ 라ਵਲਪਿੰਡੀ ਇਹਦੇ ਵਿੱਚ ਧੰਨਵਾਦ ਦੁਕਾਨਾਂ ਦਿਖਾਈਆਂ ਟੈਂਪਲ ਦਿਖਾਏ ਧਰਮਸ਼ਾਲਾ ਦਿਖਾਈ ਤੇ ਸਕੂਲ ਦਾ 뷰 ਦਿਖਾਇਆ ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇਗੀ ਮਜ਼ੀਦ ਵੀਡੀਓ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਰੱਬ ਰਾਖਾ